ਪਿੱਛੇ ਵੇਖੋ ਪਾਣੀ ਪਾਣੀ ਪਰ ਦਿਨਾਂ 'ਚ ਫਿਰ ਵੀ ਸਾਨੀ ਸਾਨੀ। ਹਾਂਜੀ ਸਤਿ ਸ਼੍ਰੀ ਅਕਾਲ, ਨਮਸਤੇ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ ਹਰਿਆਣਵੀ ਚੋਬਰ। ਅਤੇ ਅੱਜ ਦੀ ਜਿਹੜੀ ਵੀਡੀਓ ਕਾਫੀ ਇੰਟਰਸਟਿੰਗ ਹੋਣ ਵਾਲੀ ਹੈ, ਕਿਉਂਕਿ ਅੱਜ ਹੈ ਮੇਰੀ ਛੁੱਟੀ। ਅੱਜ ਮੌਸਮ ਹੈ ਸੁਹਾਣਾ, ਲੇਕਿਨ ਹਮੇ ਵੀ ਕਹੀਂ ਬਾਹਰ ਹੈ ਜਾਣਾ। ਅਤੇ ਕਿ ਅੱਜ ਮੈਂ ਜਾ ਰਿਹਾ ਮੱਥਾ ਟੇਕਣ, ਠੀਕ ਆ। ਅਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗਾ ਦੁਬਈ ਦੇ ਅੰਦਰ ਆਪਣਾ ਗੁਰਦੁਆਰਾ, ਮੰਦਿਰ, ਦੋਨੋਂ ਜਗ੍ਹਾ ਮੈਂ ਜਾ ਰਿਹਾ, ਠੀਕ ਆ। ਅਤੇ ਮੈਂ ਦੋਨਾਂ ਦਾ ਜੋ ਵੀ ਵਲੋਗ ਸ਼ੂਟ ਕਰਾਂਗਾ ਅਤੇ ਉਹ ਮੈਂ ਤੁਹਾਨੂੰ ਉਹਨਾਂ ਦੀ ਜਿਹੜੀ ਵੀਡੀਓ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਾਂਗਾ। ਹਰਿਆਣੇ ਵਾਲੇ ਛਾਏ ਹੋਏ ਆ ਮੇਰੇ ਵੀਰੋ, ਹੁਣ ਤੇ ਕਹਿੰਦੇ ਟ੍ਰੈਂਡ ਚੱਲਦਾ ਵੀ ਹਰਿਆਣੇ ਵਾਲੇ ਆਏ ਆ। ਇਹ ਹੈ ਮੇਰੇ ਪਿੱਛੇ ਔਨ ਪੈਸਿਵ ਮੈਟਰੋ ਸਟੇਸ਼ਨ, ਉਹ ਆ ਗਏ ਜੋ ਵੀ ਵਿਊ ਕੁਝ ਹਫ਼ਤੇ। ਦੁਬਈ ਕਾ ਮੇਰੇ ਪਿੱਛੇ ਜੋ ਮੈਟਰੋ ਸਟੇਸ਼ਨ ਐਸਾ ਹੋਤਾ ਹੈ, ਔਰ ਅਭੀ ਮੈਂ ਮੈਟਰੋ ਪਕੜ ਕੇ ਜਾ ਰਹਾ ਹੂੰ ਸਿੱਧਾ। ਫਿਲਹਾਲ ਪਹਿਲੇ ਜਾਣਾ ਪੜੇਗਾ ਮੇਰੇ ਕੋਲ ਸ਼ਾਇਦ ਜੱਬਲ ਅਲੀ ਮੈਟਰੋ ਸਟੇਸ਼ਨ, ਉਸਕੇ ਬਾਅਦ ਉੱਥੇ ਕੁਛ ਚੇਂਜ ਕਰਨੀ ਪੜੇਗੀ ਮੈਟਰੋ, ਤੁਸੀਂ ਪਕੜਨੀ ਪੜੇਗੀ। ਸੋ ਮੈਂ ਆਪਕੋ ਦਿਖਾਊਂਗਾ ਸਬਸੇ ਸਸਤਾ ਤਰੀਕਾ, ਸਬਸੇ ਈਜ਼ੀ ਵੀ ਕੈਸੇ ਜਾਇਆ ਜਾ ਸਕਦਾ ਹੈ। ਇੱਧਰ ਆਪਣਾ ਭਰਾ ਅਤੇ ਪਿੱਛੇ ਮੇਰੇ ਐਨਰਜੀ ਮੈਟਰੋ ਸਟੇਸ਼ਨ ਆ। ਇੱਥੋਂ 10 ਮਿੰਟ ਦੀ ਵਾਕਿੰਗ, ਮਤਲਬ 10 ਮਿੰਟ ਤੁਰ ਕੇ ਤੁਸੀਂ ਗੁਰਦੁਆਰੇ ਜਾ ਸਕਦੇ ਜੀ। ਮੰਦਰ ਵੀ ਸਾਹਮਣੇ ਹੁੰਦਾ ਅਤੇ ਆਪਣਾ ਇਬਨ ਬਤੂਤਾ ਇਸ ਤੋਂ ਪਹਿਲਾਂ ਮੈਟਰੋ ਸਟੇਸ਼ਨ ਆਉਂਦਾ, ਉੱਥੋਂ ਵੀ ਤੁਸੀਂ ਜਾ ਸਕਦੇ ਜੇ। ਅਤੇ ਕੱਲ੍ਹ ਪਿਆ ਸੀ ਮੀਂਹ ਅਤੇ ਪਿੱਛੇ ਵੇਖੋ ਪਾਣੀ ਪਾਣੀ, ਪਰ ਦਿਨਾਂ 'ਚ ਫਿਰ ਵੀ ਸਾਨੀ ਸਾਨੀ। ਹਾਂਜੀ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਨਾ ਇੱਥੋਂ ਮਤਲਬ ਪੈਦਲ ਹੀ ਜਾ ਰਹੇ ਨੇ, ਠੀਕ ਹੈ। ਅਤੇ ਮੋਸਟਲੀ ਜਿਹੜੇ ਲੋਕ ਹੈ ਪੈਦਲ ਯਾਤਰਾ ਕਰਨਾ ਹੀ ਪਸੰਦ ਕਰਦੇ ਨੇ ਮੈਟਰੋ ਸਟੇਸ਼ਨ ਤੋਂ ਗੁਰਦੁਆਰੇ ਤੱਕ। ਅਤੇ 10 ਮਿੰਟ ਦੀ ਵੋਕਿੰਗ, 10 ਵੀ ਨਹੀਂ 5 ਮਿੰਟ ਦੀ, 5 ਮਿੰਟ ਦੀ ਵੋਕਿੰਗ ਕਰਨ ਤੋਂ ਬਾਅਦ ਇਹ ਸਾਹਮਣੇ ਤੁਹਾਨੂੰ ਦਰਸ਼ਨ ਹੋ ਜਾਣਗੇ ਮੰਦਿਰ ਦੇ, ਅਤੇ ਨਾਲ ਹੀ ਗੁਰਦੁਆਰਾ। ਅਤੇ ਔਰ ਪਿੱਛੇ ਮੈਟਰੋ ਸਟੇਸ਼ਨ ਸਾਹਮਣੇ, ਜਿੱਦਾਂ ਕਿ ਤੁਸੀਂ ਦੇਖ ਸਕਦੇ ਜੇ ਮੰਦਿਰ ਗੁਰਦੁਆਰਾ, ਅਤੇ ਇੱਧਰ ਬੰਦੇ ਬੈਟ ਗੇਂਦ ਖੇਡਣ ਆਏ ਹੋਏ ਆ, ਇੰਟਰਨੈਸ਼ਨਲ ਲੈਵਲ 'ਤੇ ਗੱਲਾਂ ਚੱਲ ਰਹੀਆਂ ਨੇ ਅੱਜ। ਮੰਦਿਰ ਗੁਰਦੁਆਰੇ ਦੇ ਪਿੱਛੇ ਨਾਲ ਹੀ ਹੈਗਾ ਚਰਚ, ਮੇਰੇ ਪਿੱਛੇ ਜਿੱਦਾਂ ਤੁਸੀਂ ਦੇਖ ਸਕਦੇ ਜੇ ਇਹ ਹੈਗਾ ਗੁਰੂ ਨਾਨਕ ਦਰਬਾਰ ਦੁਬਈ ਗੁਰਦੁਆਰਾ। ਇਹ ਹੈਗੀ ਜੀ ਗੁਰਦੁਆਰੇ ਦੀ ਟਾਈਮਿੰਗ, ਸਵੇਰੇ 4:30 ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਖੁੱਲ੍ਹਾ ਹੁੰਦਾ। ਅਤੇ ਇਹ ਹੈਗੀ ਬੇਸਮੈਂਟ 'ਚੋਂ ਗੁਰਦੁਆਰੇ ਦੀ ਐਂਟਰੀ।
ਅਤੇ ਆਪ ਮੈਂ ਹੁਣੇ ਗੁਰਦੁਆਰੇ ਮੱਥਾ ਟੇਕਿਆ ਸੀਗਾ ਅਤੇ ਜਿੱਥੇ ਹੁਣ ਜਾ ਰਹੇ ਹਾਂ ਮੰਦਰ ਮੰਦਰ ਵੀ ਲਾਗੇ ਹੀ ਆ ਫਿਰ ਪਿੱਛੇ ਤੁਸੀਂ ਵੇਖ ਸਕਦੇ ਜੀ ਅਤੇ ਇਹ ਹੈਗਾ ਚਰਚ ਲਾਗੇ ਚਰਚ ਹੈਗੀ ਜੀ ਮੰਦਰ ਦੀ ਐਂਟਰੀ 6 ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਲਾਸਟ ਐਂਟਰੀ 8:15 ਤੱਕ ਮੰਡੇ ਟੂ ਸੰਡੇ ਵੀ ਖੁੱਲ੍ਹਿਆ ਹੈ ਅਤੇ ਇਹ ਜਿਹੜੀ ਐਂਟਰੈਂਸ ਦਾ ਵਿਊ ਹੈ ਜੀ ਆ ਲਓ ਆਪਾਂ ਹੋ ਗਏ ਮੰਦਰ 'ਚ ਐਂਟਰ ਇੱਥੋਂ ਐਂਟਰੈਂਸ ਹੈ ਜੀ ਇਹ ਆ ਮੇਰੇ ਪਿੱਛੇ ਮੰਦਰ ਦੀ ਐਂਟਰੈਂਸ ਮੇਰੇ ਪਿੱਛੇ ਮੰਦਰ ਅਤੇ ਇੱਥੇ ਜਿਹੜੀ ਮੈਨੂੰ ਇੱਕ ਚੀਜ਼ ਬਹੁਤ ਹੀ ਵਧੀਆ ਲੱਗੀ ਆ ਠੀਕ ਆ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਇਹ ਹੈਗਾ ਚਰਚ ਚਰਚ ਫਿਲਹਾਲ ਇਸ ਟਾਈਮ ਬੰਦ ਆ ਕਿਉਂਕਿ ਆਪਾਂ ਆਏ ਦੁਪਹਿਰ ਦੇ ਟਾਈਮ ਠੀਕ ਆ ਮੇਰੇ ਪਿੱਛੇ ਚਰਚ ਆ ਅਤੇ ਇਹ ਹੈਗਾ ਮੰਦਰ ਅਤੇ ਇਹ ਹੈ ਜੀ ਗੁਰਦੁਆਰਾ ਇਹ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਆ ਸ਼ਾਇਦ ਤੁਹਾਨੂੰ ਕਿਤੇ ਹੋਰ ਨਾ ਵੇਖਣ ਨੂੰ ਮਿਲੇ ਸਿਰਫ ਵਿੱਚ ਵੇਖਣ ਨੂੰ ਮਿਲੇਗੀ ਹਾਂਜੀ ਅਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਕਿਉਂਕਿ ਅੱਜ ਮੇਰਾ ਭਰਾ ਆਇਆ ਸੀਗਾ ਠੀਕ ਆ ਅਤੇ ਅਸੀਂ ਮਤਲਬ ਦੁਬਈ ਦੇ ਵਿੱਚ ਹੀ ਕੰਮ ਕਰਦੇ ਪਰ ਅਲੱਗ ਅਲੱਗ ਕੰਪਨੀਆਂ ਦੇ ਵਿੱਚ ਕੰਮ ਕਰਦੇ ਹਾਂ ਪਰ ਜਿੱਦਾਂ ਸਾਡੀ ਛੁੱਟੀ ਹੁੰਦੀ ਉੱਦਾਂ ਅਸੀਂ ਉੱਦਾਂ ਹੀ ਮਿਲਦੇ ਹਾਂ ਠੀਕ ਆ ਅਤੇ ਮੇਰਾ ਕੰਮ ਸੀਗਾ ਵਲੋਗ ਸ਼ੂਟ ਕਰਨਾ ਅਤੇ ਹੁਣ ਤੁਹਾਡਾ ਕੰਮ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਹਰਿਆਣਵੀ ਚੋਬਰ ਥੈਂਕ ਯੂ ਸੋ ਮੱਚ